ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਅਕਸਰ ਸਿੱਖ ਭਾਈਚਾਰਾ ਉਹਨਾਂ ਦੀ ਮਦਦ ਕਰਕੇ ਆਪਣਾ ਫਰਜ਼ ਅਦਾ ਕਰਦਾ ਹੈ। ਭਾਰਤ ਦੇ ਕਈ ਰਾਜਾਂ ਵਿੱਚ ਹੜ੍ਹ ਦਾ ਕਹਿਰ ਆਇਆ ਹੋਇਆ ਹੈ ਤੇ ਉੱਥੇ ਖਾਲਸਾ ਏਡ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਹੜ੍ਹ ਦੇ ਕਹਿਰ ਤੋਂ ਪੰਜਾਬ ਵੀ ਬਚ ਨਾ ਸਕਿਆ। ਪੰਜਾਬ ਵਿੱਚ ਪਿਛਲੇ ਦਿਨੀ ਭਾਰੀ ਮੀਂਹ ਪੈਣ ਕਾਰਨ ਕਈ ਇਲਾਕੇ ਹੜ੍ਹ ਦੀ ਚਪੇਟ ਵਿੱਚ ਆ ਗਏ, ਜਿੱਥੇ ਦੇ ਵਸਨੀਕਾਂ ਦਾ ਰਹਿਣਾ ਸਹਿਣਾ ਕਾਫੀ ਮੁਸ਼ਕਲ ਹੋਇਆ ਪਿਆ ਹੈ। ਇਸ ਨੂੰ ਦੇਖਦੇ ਹੋਏ ਰਾਣੀ ਝਾਂਸੀ ਚੌਂਕ ਜਗਰਾਓਂ ਵਿਖੇ ਖਾਲਸਾ ਏਡ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਉਹਨਾਂ ਦੀਆਂ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਖਾਲਸਾ ਏਡਜ਼ ਵਰਕਰ ਨੇ ਦੱਸਿਆ ਕਿ ਹੜ੍ਹ ਦੀ ਤਰਾਸਦੀ ਨਾਲ ਨਜਿੱਠਣ ਦੇ ਲਈ ਨੌਜਵਾਨ ਐਂਡ ਖਾਲਸਾ ਏਡ ਵੱਲੋਂ ਉਪਰਾਲਾ ਕੀਤਾ ਗਿਆ। ਪੰਜਾਬ ਨੂੰ ਮੁੜ ਖੁਸ਼ਹਾਲੀ ਦੀਆਂ ਲੀਹਾਂ ਤੇ ਲੈ ਕੇ ਆਵਾਂਗੇ, ਜਿਨ੍ਹਾਂ ਵੱਲੋਂ ਦਿਨ ਰਾਤ ਇੱਕ ਕਰਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਿੱਚ ਆਈ ਤਰਾਸਦੀ, ਹੜ੍ਹਾਂ ਦੀ ਤਰਾਸਦੀ ਨਾਲ ਨਜਿੱਠਣ ਲਈ ਨੌਜਵਾਨਾਂ ਨੇ ਅਤੇ ਖਾਲਸਾ ਪਰੇਡ ਨੇ ਉਪਰਾਲਾ ਕੀਤਾ ਕਿ ਪੰਜਾਬ ਨੂੰ ਅਸੀਂ ਮੁੜ ਉਹਨਾਂ ਲੀਹਾਂ 'ਤੇ ਹੀ, ਖੁਸ਼ਹਾਲੀ ਦੀਆਂ ਲੀਹਾਂ 'ਤੇ ਲੈ ਆਵਾਂਗੇ। ਬਹੁਤ ਘੱਟ ਸਮੇਂ ਦੇ ਵਿੱਚ ਇੱਥੇ 3 ਦਿਨਾਂ ਤੋਂ ਖਾਲਸਾ ਏਡ ਦੇ ਵਰਕਰ ਆਪਣੀਆਂ ਕੰਮਕਾਜ, ਨਿੱਜੀ ਕੰਮਾਂ ਨੂੰ ਤਿਆਗਦੇ ਹੋਏ, ਦੁਕਾਨਦਾਰੀ ਤਿਆਗਦੇ ਹੋਏ ਹੜ੍ਹ ਪੀੜਤਾਂ ਦੀ ਮਦਦ 'ਚ ਲੱਗੇ ਹੋਏ ਆ। ਦਿਨ ਰਾਤ ਇੱਕ ਕਰ ਰਹੇ ਨੇ, ਸਵੇਰ ਤੋਂ ਸ਼ਾਮ ਤੱਕ ਇਹ ਪ੍ਰਚਾਰ ਕੀਤਾ ਜਾਂਦਾ। 6 ਤੋਂ 9 ਤੱਕ ਇਸ ਥਾਂ 'ਤੇ ਰਾਣੀ ਝਾਂਸੀ ਚੌਂਕ ਜਗਰਾਓਂ ਵਿਖੇ ਰਾਸ਼ਨ ਇਕੱਤਰ ਕੀਤਾ ਜਾਂਦਾ ਅਤੇ ਇਹ ਸਾਰਾ ਰਾਸ਼ਨ ਖਾਲਸਾ ਏਡ ਦੇ ਹੈੱਡ ਆਫਿਸ ਤੋਂ ਪੈਕਟਾਂ ਵਿੱਚ ਤਿਆਰ ਹੋ ਕੇ ਪੰਜਾਬ ਦੇ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਹੜ੍ਹਾਂ ਦੀ ਤਰਾਸਦੀ ਆਈ ਆ ਉੱਥੇ ਉੱਥੇ ਵੰਡਿਆ ਜਾਂਦਾ। ਇਸ ਕਰਕੇ ਤਾਂ ਜੋ ਉਹਨਾਂ ਨੂੰ ਮੁੜ ਬਹਾਲੀ ਹੋ ਸਕੇ ਜਿਹੜੇ ਪਰਿਵਾਰ ਉਹਦੇ ਵਿੱਚ ਫਸੇ ਹੋਏ ਆ, ਅਤੇ ਅਸੀਂ ਇਸ ਚੈਨਲ ਰਾਹੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਖਾਲਸਾ ਏਡ ਦੇ ਅਪੀਲ ਦੇ ਉੱਤੇ ਹੜ੍ਹ ਤਰਾਸਦੀ ਦੇ ਮਾਰੇ ਲੋਕਾਂ ਲਈ ਵੱਧ ਤੋਂ ਵੱਧ ਦਾਨ ਕੀਤਾ, ਅਤੇ ਦਾਨ ਅੱਜ ਵੀ ਲੋਕ ਬੜੀ ਵੱਡੀ ਗਿਣਤੀ 'ਚ ਦਾਨ ਕਰਨ ਆ ਰਹੇ ਆ। ਗੁਰਦੁਆਰਾ ਭਜਨਗੜ੍ਹ ਵਿਖੇ ਅਸੀਂ ਕੁਲੈਕਸ਼ਨ ਸੈਂਟਰ, ਗੁਰੂ ਨਾਨਕ ਬਾਲ ਵਿਕਾਸ ਕੇਂਦਰ ਜਗਰਾਓਂ ਵਿਖੇ ਕੁਲੈਕਸ਼ਨ ਸੈਂਟਰ ਬਣਾਇਆ ਹੋਇਆ, ਉੱਥੇ ਇਸ ਵੇਲੇ ਲਗਭਗ ਢੇਰ ਲੱਗੇ ਪਏ ਲੱਗ ਗਏ ਨੇ, ਅਤੇ ਉਹ ਉੱਥੋਂ ਚੀਜ਼ਾਂ ਦੀ ਅਲੱਗ ਅਲੱਗ ਕਰਕੇ ਅੱਗੇ ਅਸੀਂ ਭੇਜ ਰਹੇ ਹਾਂ। ਕੱਲ੍ਹ ਵੀ ਇੱਕ ਕੰਟੇਨਰ ਗਿਆ, ਇੱਕ ਕੰਟੇਨਰ ਕੱਲ੍ਹ ਜਾਵੇਗਾ। ਉੱਥੋਂ ਖਾਲਸਾ ਏਡ ਦੇ ਜਿਹੜਾ ਹੈੱਡ ਆਫਿਸ ਆ ਉੱਥੋਂ ਫਿਰ ਪੈਕਟਾਂ 'ਚ ਬੰਨ ਕੇ ਸਾਰਾ ਸਮਾਨ ਅਸੀਂ ਅਲੱਗ ਅਲੱਗ ਪਿੰਡਾਂ ਦੇ, ਸਾਰੇ ਪੰਜਾਬ ਦੇ ਪਿੰਡਾਂ 'ਚ ਜਾਏਗਾ। ਸਹਿਯੋਗ ਜਿਹੜੀ ਗਿਣਤੀ ਨਹੀਂ ਦੱਸੀ ਜਾ ਸਕੀ, ਨਹੀਂ ਦੱਸੀ ਜਾ ਸਕਦੀ, ਕਿਉਂਕਿ ਅਸੀਂ ਇਹਦਾ ਕੰਮ ਤੋਲਣ ਦਾ ਕੰਮ ਨਹੀਂ ਨਾ ਕਰਦੇ। ਅਸੀਂ ਤਾਂ ਜਿੰਨਾ ਵੀ ਸਮਾਨ ਇਕੱਠਾ ਹੋ ਗਿਆ ਉਹ ਸਾਰਾ ਕੰਟੇਨਰ 'ਚ ਭਰ ਕੇ ਉੱਥੇ ਭੇਜ ਦਿੰਦੇ ਹਾਂ। ਇਸ ਕਰਕੇ ਨਾ ਬਈ ਜੇ ਇਹ ਕਿਹਾ ਜਾਵੇ ਵੀ ਬਹੁਤ ਜ਼ਿਆਦਾ ਸਮਾਨ ਹੋਵੇਗਾ, ਇਹ ਕੋਈ ਅਤਕਤ ਨਹੀਂ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜੇ ਪਾਸੇ ਖਾਲਸਾ ਏਡ ਦੇ ਨੌਜਵਾਨ ਨੇ ਦੱਸਿਆ ਕਿ ਖਾਲਸਾ ਏਡ ਦੀਆਂ ਟੀਮਾਂ ਗਰਾਊਂਡ ਜ਼ੀਰੋ ਤੇ ਜਾ ਕੇ ਕੰਮ ਕਰਦੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਹਰ ਤਰ੍ਹਾਂ ਦਾ ਹੜ੍ਹ ਪੀੜਤਾਂ ਲਈ ਰਾਸ਼ਨ ਮੁਹੱਈਆ ਕਰਵਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦੀ ਇਹ ਕੰਪੇਨ ਦਾ ਜੋ ਮੇਨ ਮੁੱਦਾ ਹੈ ਜੀ, ਜਿਵੇਂ ਕਿ ਤੁਸੀਂ ਦੇਖਿਆ ਵੀ ਕੰਪੇਨ ਚੱਲ ਰਹੀ ਹੈ, ਉਹਦਾ ਜੋ ਮੇਨ ਕਾਰਨ ਹੈ ਉਹ ਇਹੀ ਹੈ ਕਿ ਜਿਹੜੇ ਪੰਜਾਬ 'ਚ ਹੜ੍ਹ ਆਏ ਨੇ, ਹੜ੍ਹ ਦੇ ਲਈ ਅਸੀਂ ਮਤਲਬ ਖਾਲਸਾ ਏਡ, ਜਿਵੇਂ ਕਿ ਸਾਰਿਆਂ ਨੂੰ ਹੀ ਪਤਾ ਵੀ ਕਿਤੇ ਵੀ ਤਰਾਸਦੀ ਆਉਂਦੀ ਹੈ, ਅਤੇ ਹਰ ਬੰਦਾ ਇਹੀ ਕਹਿੰਦਾ ਵੀ ਇੰਟਰਨੈਸ਼ਨਲ ਸਿਨੈਰੀਓ 'ਚ ਬਹੁਤ ਕੰਮ ਹੋ ਰਿਹਾ, ਖਾਲਸਾ ਏਡ ਬਹੁਤ ਕੰਮ ਕਰ ਰਹੀ ਹੈ, ਅਤੇ ਉਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਪੰਜਾਬ ਲਈ ਕੁਛ ਵੀ ਨਹੀਂ ਕਰਨਗੇ। ਅਤੇ ਪਰ ਅੱਜ ਖਾਲਸਾ ਏਡ ਦੇ ਸਾਰੇ ਵਲੰਟੀਅਰਸ ਨੇ ਮਤਲਬ ਪੂਰੀ ਜੀ ਜਾਨ ਲਾ ਕੇ, ਹੈ ਨਾ, ਇਹ ਪ੍ਰੂਵ ਕਰਤਾ ਕਿ ਪੰਜਾਬ 'ਚ ਸ਼ਾਇਦ ਇੰਟਰਨੈਸ਼ਨਲ ਲੈਵਲ ਨਾਲੋਂ ਵੀ ਵੱਧ ਕੰਮ ਹੋ ਰਿਹਾ। ਤੁਸੀਂ ਦੇਖ ਰਹੇ ਹੋ ਵੀ ਕਿਵੇਂ ਖਾਲਸਾ ਏਡ ਦੀਆਂ ਟੀਮਾਂ ਗਰਾਊਂਡ ਜ਼ੀਰੋ 'ਤੇ ਜਾ ਕੇ ਕੰਮ ਕਰ ਰਹੀਆਂ ਨੇ। ਉਸ ਤੋਂ ਇਲਾਵਾ ਹੋਰ ਕਿਸੇ ਵੀ ਲੈਵਲ ਦੀ ਹੈਲਪ ਦੀ ਲੋੜ ਹੈ ਅਤੇ ਖਾਲਸਾ ਏਡ ਦੇ ਵਲੰਟੀਅਰਸ ਵੱਲੋਂ ਪ੍ਰੋਵਾਈਡ ਕਰਾਈ ਜਾ ਰਹੀ ਹੈ। ਅਤੇ ਜੇ ਆਪਾਂ ਮਤਲਬ ਬੇਸਿਕ ਗੱਲ ਕਰੀਏ ਵੀ ਫੇਸ 1 ਦੀ, ਹੈ ਨਾ, ਵੀ ਜਿੱਥੋਂ ਪਹਿਲਾਂ ਹੜ੍ਹ ਆ ਗਏ, ਅਤੇ ਫੇਸ 1  'ਚ ਕੀ ਸੀਗਾ ਕਿ ਜਿੱਥੇ ਬੰਨ ਟੁੱਟੇ ਪਿੰਡ ਡੁੱਬੇ, ਹੈ ਨਾ, ਤਕਰੀਬਨ ਆਲਮੋਸਟ 300 ਪਿੰਡਾਂ ਦਾ ਡਾਟਾ ਸਾਡੇ ਕੋਲ ਆਇਆ, ਅਤੇ ਜਿਸ ਦੇ ਆਧਾਰ 'ਤੇ ਖਾਲਸਾ ਏਡ ਦੀ ਟੀਮਸ ਆਪ ਗਰਾਊਂਡ ਜ਼ੀਰੋ 'ਤੇ ਜਾ ਕੇ ਜਿੰਨੇ ਵੀ ਵਲੰਟੀਅਰ ਸੀ ਇੱਕਦਮ ਸਾਰੇ ਐਕਟਿਵ ਕੀਤੇ ਗਏ, ਅਤੇ ਉਹ ਇਕੱਲੇ ਇਕੱਲੇ ਮਤਲਬ ਬੋਟਸ ਦੇ ਥਰੂ ਉਹਨਾਂ ਲੋਕਾਂ ਨੂੰ ਸੇਫ ਸਾਈਡ ਕੀਤਾ ਗਿਆ ਪਾਣੀ ਤੋਂ ਬਾਹਰ ਲਿਆ ਕੇ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜੀ ਵੀ ਚੀਜ਼ ਰਾਸ਼ਨ ਜਾਂ ਜੋ ਵੀ ਚੀਜ਼ ਦੀ ਲੋੜ ਸੀ ਉਹ ਪ੍ਰੋਵਾਈਡ ਕਰਾਇਆ ਗਿਆ। ਮੇਨ ਸਾਡੀ ਸਭ ਤੋਂ ਪਹਿਲਾਂ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਕਿ ਫਗਵਾੜੇ ਲਾਗੇ ਜਿਹੜੇ ਬੰਨ ਟੁੱਟੇ ਆ ਉੱਥੇ ਦਿਨ ਰਾਤ ਖਾਲਸਾ ਏਡ ਦੀ ਟੀਮ ਨੇ ਉੱਥੇ ਵਲੰਟੀਅਰਸ ਨੇ ਸੇਵਾ ਕੀਤੀ। ਉਸ ਤੋਂ ਬਾਅਦ ਰੋਪੜ ਏਰੀਏ 'ਚ ਉੱਥੇ ਖਾਲਸਾ ਏਡ ਦੀ ਟੀਮ ਨੇ ਗਰਾਊਂਡ ਜ਼ੀਰੋ 'ਤੇ ਸੇਵਾ ਕੀਤੀ।
ਅਤੇ ਲੋਹੀਆਂ ਗਿੱਦੜ ਪਿੰਡੀ ਇੱਧਰ ਸਾਈਡ ਹੁਣ ਵੀ ਮਤਲਬ ਉਸੇ ਸਪੀਡ 'ਤੇ ਉਸੇ ਲੈਵਲ ਤੱਕ ਜੋ ਸੇਵਾ ਚੱਲ ਰਹੀ ਹੈ ਜੋ ਗਰਾਊਂਡ ਜ਼ੀਰੋ 'ਤੇ ਖਾਲਸਾ ਏਡ ਦੀ ਟੀਮ ਉੱਥੇ ਸੇਵਾ ਕਰ ਰਹੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਇਫੈਕਟਿਡ ਏਰੀਆਜ਼ ਨੇ ਹਰ ਜਗ੍ਹਾ 'ਤੇ ਜਿੱਥੇ ਲੋੜ ਪਈ ਉੱਥੇ ਖਾਲਸਾ ਏਡ ਦੀ ਟੀਮ ਪਹੁੰਚ ਕੇ ਕੰਮ ਕਰ ਰਹੀ ਹੈ ਅਤੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਅੱਜ ਦੀ ਕੈਂਪੇਨ ਦੀ ਵੀ ਇਸ ਦਾ ਕਾਰਨ ਕੀ ਹੈ ਵੀ ਕਿਉਂ ਇਹ ਸਮਾਨ ਇਕੱਠਾ ਕੀਤਾ ਜਾ ਰਿਹਾ ਉਹ ਆ ਗਿਆ ਫੇਸ 2 ਉਹਦੇ 'ਚ ਕੀ ਹੁੰਦਾ ਕਿ ਜਿਵੇਂ ਹੁਣ ਪਾਣੀ ਜਦੋਂ ਜਿਵੇਂ ਜਿਵੇਂ ਪਾਣੀ ਘਟੂਗਾ ਤਾਂ ਉਦੋਂ ਹੋ ਸਕਦਾ ਵੀ ਜਿਹੜੇ ਅੱਜ ਲੰਗਰ ਲੈ ਕੇ ਜਾ ਰਹੇ ਨੇ ਤਾਂ ਉਦੋਂ ਸ਼ਾਇਦ ਨਾ ਪਹੁੰਚ ਸਕਣ ਤਾਂ ਉਦੋਂ ਖਾਲਸਾ ਏਡ ਅਪ ਟੂ ਡੈਟ ਮਤਲਬ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੇ ਪੂਰੀ ਫੁੱਲ ਸੈਟਅਪ ਨਹੀਂ ਹੋ ਜਾਂਦਾ ਹੈ ਨਾ ਘਰਾਂ ਦੀ ਉਹਨਾਂ ਦੀ ਸੈਟਿੰਗ ਨਹੀਂ ਹੋ ਜਾਂਦੀ ਜੋ ਵੀ ਸਿਸਟਮ ਹੈ ਤਾਂ ਫੇਸ 2 'ਚ ਸਾਰੀ ਉਹ ਚੀਜ਼ਾਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਜਿਵੇਂ ਅਸੀਂ ਇੱਕ ਅਸੈਂਸ਼ੀਅਲ ਕਿੱਟ ਬਣਾਈ ਹੈ ਜਿਹਦੇ 'ਚ ਇੱਕ ਗੱਦੇ ਆ ਰਹੇ ਹੈ ਨਾ ਸੈਨੇਟਰੀ ਪੈਡਸ ਹੋ ਗਏ ਨਹਾਉਣ ਧੋਣ ਵਾਲੇ ਸਾਬਣ ਹੋ ਗਏ ਅਤੇ ਇਸ ਤੋਂ ਇਲਾਵਾ ਮੱਛਰਦਾਨੀਆਂ ਹੋ ਗਈਆਂ ਤਰਪਾਲਾਂ ਹੋ ਗਈਆਂ ਅਤੇ ਓਡੋਮੋਸ ਹੋ ਗਈਆਂ ਟੋਟਲ 8 ਚੀਜ਼ਾਂ ਦੀ ਲਿਸਟ ਹੈ ਜੋ ਕਿ ਖਾਲਸਾ ਏਡ ਨੇ ਆਪਣੇ ਪੇਜ 'ਤੇ ਪੋਸਟ ਕੀਤੀ ਹੋਈ ਹੈ ਅਤੇ ਉਹ ਸਾਰੀਆਂ ਚੀਜ਼ਾਂ ਦੀ ਕਿੱਟ ਬਣਾ ਕੇ ਇੱਕ ਹਰੇਕ ਮਤਲਬ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਨੂੰ ਦਿੱਤੀ ਜਾਏਗੀ ਤਾਂ ਜੋ ਆਉਣ ਵਾਲੇ ਟਾਈਮ 'ਚ ਮਤਲਬ ਜੋ ਪਾਣੀ ਜਿਵੇਂ ਜਿਵੇਂ ਉਤਰਦਾ ਉਹ ਆਪਣਾ ਜੋ ਗੁਜ਼ਾਰਾ ਉਹ ਸੌਖੇ ਤਰੀਕੇ ਨਾਲ ਕਰ ਸਕਣ ਬਾਕੀ ਖਾਲਸਾ ਏਡ ਵੋਲੰਟੀਅਰਸ ਦਾ ਸਾਰਿਆਂ ਦਾ ਮਤਲਬ ਇਸ ਤੋਂ ਇਲਾਵਾ ਸੰਗਤ ਦਾ ਜਿਨ੍ਹਾਂ ਨੇ ਮਤਲਬ ਇੰਨਾ ਭਰਵਾਂ ਹੁੰਗਾਰਾ ਦਿੱਤਾ ਕਿ ਸਾਨੂੰ ਇੰਨਾ ਰਾਸ਼ਨ ਇੰਨੀ ਹਰੇਕ ਚੀਜ਼ ਮਤਲਬ ਜੋ ਖਾਲਸਾ ਏਡ ਨੂੰ ਲੋੜ ਪੈਂਦੀ ਹੈ ਉਹ ਇੱਕ ਮਿੰਟ 'ਚ ਮਤਲਬ ਉਹ ਪ੍ਰੋਵਾਈਡ ਕਰਾਉਂਦੇ ਨੇ ਜੇ ਸਾਨੂੰ ਟੀਮ ਦੀ ਲੋੜ ਹੈ ਟੀਮ ਇੱਕ ਮਿੰਟ 'ਚ ਪਹੁੰਚਦੀ ਹੈ ਜੇ ਸਮਾਨ ਦੀ ਲੋੜ ਹੈ ਤਾਂ ਸਮਾਨ ਬਾਕੀ ਜੋ ਇੰਟਰਨੈਸ਼ਨਲ ਕੰਟਰੀਜ਼ ਤੋਂ ਬਾਹਰਲੀਆਂ ਕੰਟਰੀਜ਼ ਤੋਂ ਹੈਲਪ ਹੋ ਰਹੀ ਹੈ ਉਹ ਸਾਰੇ ਦੇਖ ਰਹੇ ਨੇ ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸੰਗਤ ਦਾ ਸਾਰਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇੰਨੇ ਕੁ ਨਾਲ ਖਿਮਾ ਦਾ ਜਾਚਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਸਾਰੇ ਲੋਕ ਵੱਧ ਚੜ੍ਹ ਕੇ ਇਹਨਾਂ ਦਾ ਸਹਿਯੋਗ ਕਰਨਗੇ ਤਾਂ ਕਿ ਘਰਾਂ ਤੋਂ ਬੇਘਰ ਹੋਏ ਲੋਕਾਂ ਦੀ ਦੁਬਾਰਾ ਜ਼ਿੰਦਗੀ ਖੁਸ਼ਮਈ ਹੋ ਸਕੇ ਬਿਊਰੋ ਰਿਪੋਰਟ ਸਾਂਝ ਟੀਵੀ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ ਪੋਲੀਟੀਕਲ ਇਸ਼ੂ ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ